ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਚੋਣ ਲੜਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੱਡਾ ਬਹੁਮਤ ਹਾਸਲ ਕਰ ਲਿਆ, ਜਿੱਤ ਹਾਸਲ ਕਰ ਲਈ। ਤਿੰਨ ਅਜਿਹੇ ਉਹਨਾਂ ਦੇ ਸਮਰਥਕ ਨੇ ਜਿਨ੍ਹਾਂ ਨੇ ਹੌਲੀ ਹੌਲੀ ਕਰਦਿਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਜੇ ਕਿਤੇ ਇਹ ਲੋਕ ਦਾ ਚੱਲ ਗਿਆ ਬਾਈ ਵਾਲਾ, ਅਜੇ 24 ਚ ਹੁਣ ਚੋਣ ਹੋਈ ਆ ਲੋਕ ਸਭਾ ਦੀ, ਤਾਂ ਤੁਸੀਂ ਦੇਖਿਓ ਸਹੀ ਧੜਾ ਧੜ ਕਿਵੇਂ ਲੋਕ ਆਕਰਸ਼ਿਤ ਹੁੰਦੇ ਨੇ। ਰਵਾਇਤੀ ਪੰਥਕ ਹੁੰਦੇ ਆਪਣੇ ਆਪ ਨੂੰ, ਇਹ ਪੰਥਕ ਨਾ ਹੋ ਸਕੇ ਇਸ ਕਰਕੇ ਲੋਕ ਇਹਨਾਂ ਤੋਂ ਪਾਸੇ ਹਟੇ। ਇਹਨਾਂ ਨੇ ਪੰਥਕ ਸੋਚ ਨੂੰ ਇੱਕ ਕਿਸਮ ਦੇ ਨਾਲ ਵੱਡੀ ਪੱਧਰ ਦੇ ਉੱਤੇ ਮਲੀਆਂ ਮੇਟ ਕਰਤਾ ਤੇ ਉਸ ਪਾਸੇ ਵੱਲ ਲੋਕ ਚਲੇ ਗਏ। ਮਿੱਤਲ ਸਾਹਿਬ, ਜਿਸ ਤਰ੍ਹਾਂ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਚੋਣ ਲੜਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੱਡਾ ਬਹੁਮਤ ਹਾਸਲ ਕਰ ਲਿਆ, ਜਿੱਤ ਹਾਸਲ ਕਰ ਲਈ, ਹਾਲਾਂਕਿ ਸਹੁੰ ਚੁੱਕ ਨੂੰ ਲੈ ਕੇ ਅਜੇ ਸਵਾਲ ਖੜ੍ਹੇ ਹੋਏ ਨੇ ਕਿ ਜੇਕਰ ਉਹ 2 ਮਹੀਨੇ ਦੇ ਸਮੇਂ ਦੇ ਵਿੱਚ ਸਹੁੰ ਚੁੱਕ ਸਮਾਗਮ ਦਾ ਹਿੱਸਾ ਨਹੀਂ ਬਣਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਵੀ ਹੋ ਸਕਦੀ ਹੈ। ਚਾਰਾਜੋਈ ਉਹਨਾਂ ਦੇ ਵਕੀਲਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਅਤੇ ਇਸੇ ਦੇ ਚੱਲਦਿਆਂ ਹੁਣ ਤਿੰਨ ਅਜਿਹੇ ਉਹਨਾਂ ਦੇ ਸਮਰਥਕ ਨੇ ਜਿਨ੍ਹਾਂ ਨੇ ਹੌਲੀ ਹੌਲੀ ਕਰਦਿਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। 4 ਥਾਵਾਂ ਦੇ ਉੱਤੇ ਜ਼ਿਮਨੀ ਚੋਣ ਹੋਣੀ ਹੈ, ਪਰ 3 ਦੇ ਉੱਤੇ ਜਿਹੜੇ ਨੇ ਉਹ ਆਪਣੇ ਆਪ ਨੂੰ ਦਾਅਵੇਦਾਰ ਦੱਸ ਰਹੇ ਨੇ ਉਸ ਸੀਟ ਦੇ। ਇੱਕ ਤਾਂ ਸਭ ਤੋਂ ਪਹਿਲਾਂ ਭਗਵੰਤ ਸਿੰਘ, ਜਿਹਦਾ ਨਾਮ ਪ੍ਰਧਾਨ ਮੰਤਰੀ ਬਾਜੇ ਕਿ ਉਹਦੇ ਪੁੱਤਰ ਨੇ ਕਹਿ ਦਿੱਤਾ ਕਿ ਮੇਰੇ ਪਿਤਾ ਜੀ ਚੋਣ ਲੜਨਗੇ ਗਿੱਦੜਵਾਹਾ ਤੋਂ, ਅਤੇ ਦੂਜੇ ਪਾਸੇ ਇੱਕ ਹੋਰ ਨੇ ਕੁਲਵੰਤ ਸਿੰਘ ਰਾਓਕੇ ਜੋ ਮੋਗੇ ਦੇ ਨਾਲ ਸੰਬੰਧਿਤ ਨੇ, ਉਹਨਾਂ ਨੇ ਵੀ ਕਹਿ ਦਿੱਤਾ ਕਿ ਉਹ ਬਰਨਾਲੇ ਤੋਂ ਚੋਣ ਲੜਨਗੇ। ਅਤੇ ਹੁਣ ਦਲਜੀਤ ਸਿੰਘ ਕਲਸੀ ਜੋ ਫਿਲਮ ਅਦਾਕਾਰ ਵੀ ਸੀਗਾ ਅਤੇ ਪਹਿਲਾਂ ਵੀ ਕਾਫੀ ਚਰਚਾ ਦੇ ਵਿੱਚ ਰਿਹਾ, ਅਤੇ ਉਹਨੇ ਵੀ ਐਲਾਨ ਕਰ ਦਿੱਤਾ ਹੈ, ਉਹਦੀ ਪਤਨੀ ਨੇ ਸੰਦੇਸ਼ ਪਹੁੰਚਾਇਆ ਹੈ ਕਿ ਉਹ ਵੀ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਜਾ ਰਹੇ ਨੇ। ਅਤੇ ਜਿਹੜੇ ਹੋਰ ਲੀਡਰ ਨੇ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਚੋਣ ਕਮਿਸ਼ਨ ਤੱਕ ਪਹੁੰਚ ਕਰਾਂਗੇ ਕਿ ਇਹਨਾਂ ਨੂੰ ਚੋਣ ਨਾ ਲੜਨ ਦਿੱਤੀ ਜਾਵੇ। ਇੱਕ ਰਹੇਗੀ ਫਿਰ ਉੱਥੋਂ ਪੱਪਲਪ੍ਰੀਤ ਸਿੰਘ ਨੂੰ ਵੀ ਕਰ ਦਿਓ। ਵੈਸੇ ਪੱਪਲਪ੍ਰੀਤ ਦਾ ਡੇਰਾ ਬਾਬਾ ਨਾਨਕ ਤੋਂ ਵੀ ਬੜਾ ਚਰਚਾ ਸੀਗਾ। ਹਾਂ, ਉਸ ਏਰੀਏ ਦਾ ਉਹ, ਅਤੇ ਮੇਰਾ ਖਿਆਲ 4 'ਤੇ ਕਰ ਲਓ, ਹੁਸ਼ਿਆਰਪੁਰ ਰਹਿ ਗਿਆ। ਹਾਂ, ਚੱਬੇਵਾਲਾ ਦਾ। ਜੇ ਕਿਤੇ ਇਹ ਲੋਕ ਦਾ ਚੱਲ ਗਿਆ ਬਾਈ ਵਾਲਾ, ਅਜੇ 24 'ਚ ਹੁਣ ਚੋਣ ਹੋਈ ਆ ਲੋਕ ਸਭਾ ਦੀ, ਤਾਂ ਤੁਸੀਂ ਦੇਖਿਓ ਸਹੀ ਧੜਾ ਧੜ ਕਿਵੇਂ ਲੋਕ ਆਕਰਸ਼ਿਤ ਹੁੰਦੇ ਨੇ। ਮੈਨੂੰ ਪਿਛਲਾ ਸਮਾਂ ਯਾਦ ਹੈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪ੍ਰਚਾਰ ਕਰਦੇ ਹੁੰਦੇ ਸੀ, ਧਰਮਿੰਦਰ ਜੀ, ਇੱਕ ਕਿਸਮ ਨਾਲ ਲਹਿਰ ਚੱਲ ਗਈ ਸੀ ਲਹਿਰ। ਤੁਹਾਨੂੰ ਕਾਲਜਾਂ ਸਕੂਲਾਂ ਦੇ ਵਿੱਚ ਕੇਸਰੀ ਦਸਤਾਰ ਤੋਂ ਬਿਨਾਂ ਕੋਈ ਦਸਤਾਰ ਹੀ ਨਹੀਂ ਸੀ ਨਜ਼ਰ ਆਉਂਦੀ, ਅਤੇ ਸਾਡੀਆਂ ਬੀਬੀਆਂ ਇਹ ਕੇਸਰੀ ਦੁਪੱਟੇ ਲੈ ਕੇ ਆਉਂਦੀਆਂ ਸਨ। ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਸੋ ਅੱਜ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ 2 ਆਜ਼ਾਦ ਉਮੀਦਵਾਰਾਂ ਨੂੰ ਫਤਵਾ ਦਿੱਤਾ ਹੈ, ਇਹਦੇ ਤੋਂ ਜਿਹੜੇ ਰਵਾਇਤੀ ਪੰਥਕ ਹੁੰਦੇ ਆ ਆਪਣੇ ਆਪ ਨੂੰ, ਇਹ ਪੰਥਕ ਨਾ ਹੋ ਸਕੇ ਇਸ ਕਰਕੇ ਲੋਕ ਇਹਨਾਂ ਤੋਂ ਪਾਸੇ ਹਟੇ ਹੈ। ਇਹਨਾਂ ਨੇ ਪੰਥਕ ਸੋਚ ਨੂੰ ਇੱਕ ਕਿਸਮ ਦੇ ਨਾਲ ਵੱਡੀ ਪੱਧਰ ਦੇ ਉੱਤੇ ਮਲੀਆਂ ਮੇਟ ਕਰਤਾ ਅਤੇ ਉਸ ਪਾਸੇ ਵੱਲ ਲੋਕ ਚਲੇ ਗਏ। 1999 ਵਿੱਚ ਵੀ ਤਾਂ ਇਹਨਾਂ ਨੂੰ ਕਿਸੇ ਨੇ ਨੇੜੇ ਲੱਗਣ ਦਿੱਤਾ ਸੀ। ਬਹੁ ਗਿਣਤੀ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੂੰ ਗਰਮ ਧੜਾ ਕਹਿੰਦੇ ਸੀ, ਉਹ ਲੋਕ ਜਿੱਤੇ ਸੀ।
ਜੇ ਮਾਨ ਸਾਹਿਬ ਉਦੋਂ ਕਿਰਪਾਨ ਦਾ ਮੁੱਦਾ ਨਾ ਉਠਾਉਂਦੇ, ਪਾਰਲੀਮੈਂਟ ਚਲੇ ਜਾਂਦੇ, ਤਾਂ ਹੋ ਸਕਦਾ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ ਕਥਿਤ, ਇਹ ਇੰਨੇ ਮਜ਼ਬੂਤ ਹੋ ਕੇ ਤੁਰਦੇ ਹੀ ਨਾ। ਪਰ ਕਈ ਬੰਦੇ ਰਾਜਨੀਤਿਕ ਨਹੀਂ ਸਨ। ਸੋ ਇਸ ਮਾਮਲੇ ਦੇ ਵਿੱਚ ਮੈਂ ਦੂਜੀ ਖਬਰ ਵੀ ਨਾਲ ਜੁੜਦੀ ਹੈ ਕਲੱਬ ਕਰਦਿਆਂ, ਭਾਈ ਸਰਬਜੀਤ ਸਿੰਘ ਖਾਲਸਾ ਪਟਿਆਲੇ ਤੋਂ ਬਾਅਦ ਲੁਧਿਆਣੇ ਪਹੁੰਚੇ, ਗੁਰਦੁਆਰਾ ਦੂਖਨਿਵਾਰਨ ਸਾਹਿਬ ਸੰਸਥਾ ਉੱਥੇ ਉਹਨਾਂ ਦੇ ਪ੍ਰਧਾਨ ਨੇ ਸਰਦਾਰ ਪ੍ਰਿਤਪਾਲ ਸਿੰਘ, ਇਹਨਾਂ ਸਾਰਿਆਂ ਨੇ ਸਮਰਥਨ ਕੀਤਾ। ਉਹਨਾਂ ਨੇ ਇੱਕ ਗੱਲ ਕਹੀ, ਅੰਮ੍ਰਿਤਪਾਲ ਦੇ ਪਿਤਾ ਅਤੇ ਹੋਰ ਨੂੰ ਲੈ ਕੇ ਮੈਂ ਲੋਕ ਸਭਾ ਦੇ ਸਪੀਕਰ ਤੋਂ ਟਾਈਮ ਲਵਾਂਗਾ, ਓਮ ਬਿਰਲਾ ਤੋਂ, ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਦਾ ਸਮੇਂ ਸਿਰ ਸਮੇਂ ਦੇ ਰਹਿੰਦਿਆਂ ਵਿੱਚ ਵਿੱਚ ਉਹਨਾਂ ਦੀ ਜਿਹੜੀ ਸਹੁੰ ਵਾਲਾ ਪ੍ਰੋਗਰਾਮ ਹੈ ਉਹ ਤਰੀਕ ਲਈ ਜਾਵੇ, ਉਹਨਾਂ ਦਾ ਇਹ ਕੁਛ ਰੱਦ ਨਾ ਹੋ ਜੇ। ਇਹ ਸੋਚਣ ਵਾਲੀ ਬਹੁਤ ਵੱਡੀ ਗੱਲ ਹੈ ਧਰਮਿੰਦਰ। ਮੰਨ ਲਓ ਜੇ ਰੱਦ ਹੋ ਗਈ ਤਾਂ ਫਿਰ ਚੋਣ ਦੁਬਾਰਾ ਹੋਊਗੀ, ਜੇ ਚੋਣ ਦੁਬਾਰਾ ਹੁੰਦੀ ਉਹ ਫਿਰ ਜਿੱਤ ਗਿਆ, ਫਿਰ ਕੀ ਕਰੋਗੇ? ਸੋ ਇਹਨਾਂ ਚੀਜ਼ਾਂ ਨੂੰ ਸਪੀਕਰ ਸਾਹਿਬ ਨੂੰ ਵੀ, ਗ੍ਰਹਿ ਮੰਤਰੀ ਸਾਹਿਬ ਨੂੰ ਵੀ, ਪੰਜਾਬ ਦੀ ਸਰਕਾਰ ਨੂੰ ਵੀ, ਸਭ ਤੋਂ ਪਹਿਲਾਂ ਪੰਜਾਬ ਸਰਕਾਰ NSA ਰੱਦ ਕਰ ਦੇ, ਆਪਣੇ ਆਪ ਜਵਾਨ ਤੋਂ ਜੂਗੀ ਅਤੇ ਫਿਰ ਉਹ ਪਾਰਲੀਮੈਂਟ ਜਾ ਕੇ ਲੋਕ ਮੁੱਦੇ ਚੁੱਕ ਵੀ ਲੈਣਗੇ। ਪੰਜਾਬ ਦਾ ਬਿਰਤਾਂਤ ਅਲੱਗ ਕਿਸਮ ਦਾ ਹੁੰਦਾ। ਸੋ ਮੇਰਾ ਖਿਆਲ ਹੈ ਜਿਹੜੇ ਕਾਨੂੰਨੀ ਮਾਹਰ ਨੇ, ਉਹਨਾਂ ਦੇ ਵਕੀਲ ਸਾਹਿਬਾਨ ਨੇ, ਉਹ ਆਪਣੇ ਨਾਲੋਂ ਜ਼ਿਆਦਾ ਜਾਣਦੇ ਹੈ ਕਿ ਕਿਵੇਂ ਆਪਾਂ ਇਹ ਸਾਰਾ ਕੁਝ ਕਰਨਾ। NSA ਵਗੈਰਾ ਵਾਧੂ ਲਾ ਕੇ ਮੈਨੂੰ ਨਹੀਂ ਖਿਆਲ ਹੈ ਕਈ ਹੋਰ ਇਸ ਤੋਂ ਵੱਡੇ ਵੱਡੇ ਅਪਰਾਧਕ ਵਿਰਤੀ ਵਾਲੇ ਨੇ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਜਾਂ ਕੋਈ ਹੋਰ ਰਾਸ਼ਟਰ ਦੀ ਗੱਲ ਕਰਦੇ ਆ। ਇਸੇ ਕਰਕੇ ਤਾਂ ਜਿਹੜਾ ਸਾਡਾ ਕਾਨੂੰਨ ਹੈ ਉਹਦੇ ਬਾਰੇ ਲੋਕ ਮਨਾਂ ਦੇ ਵਿੱਚ ਉਹ ਸਤਿਕਾਰ ਘਟਦਾ ਜਾ ਰਿਹਾ ਹੈ ਜਿਹੜਾ ਸਤਿਕਾਰ ਕਿਸੇ ਵੇਲੇ ਹੋਇਆ ਕਰਦਾ ਸੀ। ਜੀ ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।